ਆ ਬਾਬਾ ਜੀ ਨੇ ਬੁਲਾਇਆ ਸੀ ਮੈਨੂੰ ਇੰਗਲੈਂਡ, ਉੱਥੇ ਮੈਨੂੰ ਘਰ ਲੈ ਗਏ ਰੋਟੀ ਖਵਾਉਣ, ਉੱਥੇ ਪ੍ਰਸ਼ਾਦਾ ਛਕਣੇ ਲੱਗੇ ਉਹਨਾਂ ਦੇ ਮੁੰਡੇ, ਕਹਿੰਦੇ ਨੇ ਬਾਬਾ ਜੀ ਸਾਡੇ ਬਾਪੂ ਨੂੰ ਸਮਝਾਓ। ਮੈਂ ਤਾਂ ਸਮਝਾਈ ਦਾ ਤਾਂ ਨਿਆਣਿਆਂ ਨੂੰ ਨਹੀਂ, ਕਹਿੰਦੇ ਮਾਂ ਕੀ ਗੱਲ ਹੋ ਗਈ, ਖੁੱਲਾ ਦਾੜਾ ਜੀ ਉਹਦਾ 70 ਸਾਲ ਦੀ ਉਮਰ, ਚਿੱਟੀ ਦਾੜੀ, ਕਹਿੰਦੇ ਰੱਜ ਕੇ ਸ਼ਰਾਬ ਪੀਂਦਾ ਰੋਜ ਪੱਬ ਚ, ਫਿਰ ਡਿੱਗਦੇ ਸੜਕ ਤੇ ਲੋਕ ਕਹਿੰਦੇ ਫਲਾਣਿਆਂ ਦਾ ਬਾਪ ਪਿਆ ਚੱਕ ਕੇ। ਮੈਂ ਬੇਨਤੀ ਕਰ ਦਿੰਦੇ ਬਜ਼ੁਰਗ, ਮੈਂ ਉਹਨੂੰ ਕਿਹਾ ਬਜ਼ੁਰਗਾ ਤੂੰ ਤਾਂ ਨਿਆਣਿਆਂ ਨੂੰ ਹਟਾਉਣਾ ਸਗੋਂ ਇਸ ਕੰਮ ਤੋਂ, ਕਿਹੋ ਜਿਹਾ ਖੁੱਲਾ ਦਾੜਾ ਗੁਰਸਿੱਖ ਤੇਰੀ ਦਰਸ਼ਨ ਹੁੰਦੇ। ਮੈਂ ਕਿਹਾ ਨਾ ਪੀ ਛੱਡ। ਮੈਨੂੰ ਕਹਿੰਦਾ ਬਾਬਾ ਜੀ ਅੱਜੇ ਛੱਡ ਦਿੰਦਾ, ਮੇਰੇ ਇੱਕ ਗੱਲ ਦਾ ਜਵਾਬ ਦੇ ਦਿਓ। ਮੈਂ ਸੱਚੇ ਪਾਤਸ਼ਾਹ ਦੀ ਹਜ਼ੂਰੀ ਚ ਥੋੜਾ ਜਿਹਾ ਸਮਝ ਲਓ ਮਾਣ ਚ ਆ ਗਿਆ। ਮੈਂ ਕਿਹਾ ਕੋਈ ਬਾਣੀ ਦਾ ਪੁੱਛ ਲੂ, ਦਸ਼ਮ ਗ੍ਰੰਥ ਦਾ, ਭਾਈ ਗੁਰਦਾਸ ਜੀ ਦਾ, ਵਿਦਾਤ ਦਾ ਪੁੱਛ ਲੂ। ਮੈਨੂੰ ਨੀ ਸੀ ਪਤਾ ਇਹ ਬਾਬੇ ਨੇ ਜਿਹੜਾ ਗ੍ਰੰਥ ਪੜ੍ਹਿਆ ਤੈਂ ਦੇਖੇ, ਮੈਨੂੰ ਕੀ ਪਤਾ ਸੀ ਵੀ ਇਹਦੀ ਸਟੱਡੀ ਕਿੱਥੇ ਤੱਕ। ਮੈਂ ਕਹਿ ਬੈਠਿਆ ਪੁੱਛ ਲਓ, ਦੇਖੋ ਸਵਾਲ ਕੀ ਪੁੱਛਿਆ। ਲੈਣਾ ਬਾਣਾ ਖਾਸਾ ਇਕੱਠੇ ਹੋਏ ਵੇ ਜਿੱਥੇ ਜਾਈਦਾ ਹੋਏ ਜਾਂਦੇ। ਕਹਿੰਦਾ ਬਾਬਾ ਜੀ ਅੱਜ ਤੇ ਨੀ ਪੀਂਦਾ, ਮੈਨੂੰ ਦੱਸੋ ਇਹ ਪੀਣ ਨੂੰ ਬਣੀ ਹੈ ਕਿ ਨਹਾਉਣ ਨੂੰ ਬਣੀ। ਜਵਾਬ ਕੀ ਦਈਏ, ਗੱਲ ਸੱਚੀ ਹੋਵੇ। ਕਹਿੰਦਾ ਕੱਪੜੇ ਧੋਏ ਕਰਾਂ ਇਹਦੇ ਨਾਲ, ਬਣੀ ਉਹ ਪੀਣ ਨੂੰ। ਮੈਂ ਕੀ ਜਵਾਬ ਦੇਵਾਂ ਹੁਣ, ਮੈਂ ਕਿਤੇ ਕਹਿ ਸਕਦਾ ਵੀ ਪੀਣ ਨੂੰ ਨੀ ਬਣੀ, ਨੋ ਇਹ ਡਰਿੰਕ। ਨਾਲੇ ਤਾਂ ਇੰਨੀ ਪੈਟ ਹੈ ਨਾ, ਇੱਥੇ ਤਾਂ ਸੰਗਤ ਹੈ ਮਹਾਂਪੁਰਸ਼ਾਂ ਦੀ। ਤੁਸੀਂ ਗਰੋਸਰੀ ਲੈਣ ਜਾਂਦੇ ਹੋ ਨਾ, ਤੁਹਾਡੀ ਘਰ ਵਾਲੀ ਜੇ ਕੋਈ ਤੇਲ ਦੀ ਬੋਤਲ ਲਿਆਇਓ, ਜੂਸ ਦੀ ਬੋਤਲ ਲਿਆਇਓ, ਕਹਿੰਦੇ ਨਾ ਇਹਨੂੰ ਕਹਿਣਾ ਹੀ ਨਹੀਂ ਪੈਂਦਾ, ਬਸ ਬੋਤਲ ਲਿਆਇਓ। ਇੰਨਾ ਫੇਮਸ ਨੌ ਹੋ ਗਿਆ, ਨੌ ਲੈਣਾ ਹੀ ਨਹੀਂ ਪੈਂਦਾ, ਬੋਤਲ ਲਿਆਈ। ਵੇਖੇ ਠੇਕੇ ਤੁਸੀਂ ਪੰਜਾਬ ਚ ਕਿਸੇ ਗੁਰਦੁਆਰੇ ਦਾ, ਕਿਸੇ ਸਕੂਲ ਦਾ ਇੰਨੇ ਮੋਟੇ ਅੱਖਰਾਂ ਚ ਬੋਰਡ ਨਹੀਂ ਲਿਖਿਆ ਹੁੰਦਾ ਜਿੰਨਾ ਲਿਖਿਆ ਹੁੰਦਾ ਸ਼ਰਾਬ ਦਾ ਠੇਕਾ, ਲਾਲ ਸਿਆਹੀ ਨਾਲ ਉਹ ਮੋਟੇ ਅੱਖਰਾਂ ਚ ਤਾਂ ਲਿਖਦੇ, ਕੋਈ ਥੋੜੀ ਨਿਗਾਹ ਵਾਲਾ ਵੀ ਦਰਸ਼ਨਾਂ ਤੋਂ ਬਿਨਾਂ ਲੰਘ ਨਾ ਜਾਵੇ। ਇਹ ਬੜੀ ਜ਼ਰੂਰੀ ਚੀਜ਼ ਹੈ ਤੇ ਗੁਰਸਿੱਖ ਪਿਆਰੇ ਹੋ, ਦੇਖੋ ਆਓ ਆਪਣੇ ਬਚਨਾਂ ਤੇ ਬਚੋ। ਇਹ ਤਾਂ ਮਹਾਂਪੁਰਸ਼ਾਂ ਦੀ ਸੰਗਤ ਇਹਨਾਂ ਚੀਜ਼ਾਂ ਤੋਂ ਬਚਾਉਂਦੀ ਹੈ ਗੁਰਸਿੱਖ।